ਬਰਨਾਲਾ ਜ਼ਿਲ੍ਹਾ ਦੇ ਪਿੰਡ ਨੈਣੇਵਾਲ ਦੇ ਨੌਜਵਾਨ ਜਿਨ੍ਹਾਂ ਨੇ ਕੈਂਸਰ ਤੇ ਸ਼ੂਗਰ ਦੇ ਮਰੀਜ਼ਾਂ ਲਈ ਇੱਕ ਮਹਾਨ ਕਾਰਜ ਵਿੱਢਿਆ, ਜਿਸਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ। ਹੁਣ ਤੁਹਾਨੂੰ ਦੱਸਿਆ ਨੌਜਵਾਨਾਂ ਵੱਲੋਂ ਵਿੱਢਿਆ ਗਿਆ ਇਹ ਕਾਰਜ। ਦਰਅਸਲ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਇਕੱਠੇ ਹੋ ਕੇ ਪਿੰਡ ਦੀ ਪੁਰਾਣੀ ਡਿਸਪੈਂਸਰੀ ਵਿੱਚ ਵੀਟ ਗ੍ਰਾਸ ਤਿਆਰ ਕੀਤੀ, ਜਿਸ ਤੋਂ ਬਾਅਦ ਜਦੋਂ ਕਣਕ 5 ਤੋਂ 7 ਇੰਚ ਦੀ ਹੋ ਜਾਂਦੀ ਹੈ ਤਾਂ ਕੈਂਸਰ ਜਾਂ ਸ਼ੂਗਰ ਦੇ ਮਰੀਜ਼ ਨੂੰ ਇਹ ਹਰੀ ਕਣਕ ਕੱਟ ਕੇ ਉਸਦਾ ਮੌਕੇ ਤੇ ਜੂਸ ਕੱਢ ਨਿਸ਼ਚਿਤ ਮਾਤਰਾ ਵਿੱਚ ਦਿੱਤਾ ਜਾਂਦਾ ਹੈ। ਨੌਜਵਾਨਾਂ ਨੇ ਦੱਸਿਆ ਕਿ ਹਰੀ ਕਣਕ ਦੇ ਜੂਸ ਵਿੱਚ ਸੈਂਕੜੇ ਤੱਤ ਹੁੰਦੇ ਨੇ ਜੋ ਸਰੀਰ ਅੰਦਰ ਬਿਮਾਰੀਆਂ ਦਾ ਮੁਕਾਬਲਾ ਕਰ ਉਸਨੂੰ ਖਤਮ ਕਰਨ ਵਿੱਚ ਸਹਾਈ ਹੁੰਦੇ ਨੇ। ਕੈਂਸਰ ਦੇ ਮਰੀਜ਼ ਨੂੰ ਲਗਾਤਾਰ 5-6 ਮਹੀਨੇ ਇਸ ਜੂਸ ਦੀ ਵਰਤੋਂ ਕਰਨੀ ਪੈਂਦੀ ਹੈ। ਇਹ ਵੀਟ ਗ੍ਰਾਸ ਦਾ ਜਿਹੜਾ ਪ੍ਰੋਜੈਕਟ ਹੈ 1.5 ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀ ਨੈਣੇਵਾਲ ਦੇ, ਇੱਥੇ ਪਿੰਡ ਨੈਣੇਵਾਲ ਖੜ੍ਹੇ ਹਾਂ ਆਪਾਂ ਇੱਥੋਂ ਦੇ ਨੌਜਵਾਨਾਂ ਨੇ। ਇਹ ਸਪੈਸ਼ਲੀ ਕੈਂਸਰ ਦੇ ਮਰੀਜ਼ਾਂ ਵਾਸਤੇ ਖੜ੍ਹਾ ਕੀਤਾ ਸੀਗਾ, ਕੈਂਸਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ ਇਹ। ਤਾਂ 1.5 ਮਹੀਨਾ ਪਹਿਲਾਂ ਜਦੋਂ ਸਟਾਰਟ ਕੀਤਾ ਸੀ ਉਦੋਂ ਆਪਣੇ ਕੋਲ ਥੋੜ੍ਹੇ ਜਿਹੇ ਮਰੀਜ਼ ਸੀਗੇ, ਪਰ ਹੁਣ ਕਾਫੀ ਹੈ, ਵਿੱਚ ਇਹੋ ਜਿਹੇ ਮਰੀਜ਼ ਵੀ ਹੈ ਜਿਨ੍ਹਾਂ ਨੂੰ ਵੀਟ ਗ੍ਰਾਸ ਨਾਲ ਕੈਂਸਰ ਤੋਂ ਬਹੁਤ ਰਾਹਤ ਮਿਲੀ ਆ, ਬਹੁਤ ਹੱਦ ਤੱਕ ਉਹ ਠੀਕ ਵੀ ਹੈ। ਹਾਂਜੀ ਵੀਰੇ, ਅਸੀਂ ਇਹਨੂੰ ਪਹਿਲਾਂ ਕੀ ਕਰਦੇ, ਪਹਿਲਾਂ ਅਸੀਂ ਮਿੱਟੀ ਲੈ ਕੇ ਆਉਂਦੇ ਹਾਂਗੇ। ਮਿੱਟੀ ਜਿਹੜੀ ਆਪਣੇ ਆਪਣੀ ਰੇਹਾਂ ਸਪਰੇਆਂ ਤੋਂ ਬਿਨਾਂ ਹੁੰਦੀ ਆ, ਜਿਵੇਂ ਕੋਈ ਬਾਣ ਖਾਲੀ ਪਾਇਆ ਗਿਆ, ਢਾਣੀਆਂ 'ਚ ਮਿੱਟੀ ਪਈ ਹੁੰਦੀ ਹੈਗੀ, ਉਹਨਾਂ ਨੂੰ ਅਸੀਂ ਲਿਆਉਂਦੇ ਹਾਂਗੇ। ਉਹ ਮਿੱਟੀ ਲਿਆ ਕੇ ਅਸੀਂ ਛਾਣ ਕੇ 2-2.5 ਇੰਚ ਦੀ ਮਿੱਟੀ ਪਾ ਕੇ ਫਿਰ ਉਹਦੇ 'ਤੇ ਅਸੀਂ ਕਣਕ ਵਿਛਾ ਦਿੰਦੇ ਹਾਂਗੇ। ਕਣਕ ਇਸ ਤਰੀਕੇ ਨਾਲ ਵਿਛਾਉਂਦੇ ਹਾਂ ਕਿ ਜਿਹੜਾ ਉਹਦਾ ਦਾਣਾ ਹੁੰਦਾ ਗਾ ਵੀ ਇਕੱਲਾ ਦਾਣਾ ਨਾਲ ਜੁੜਿਆ ਹੋਵੇ, ਅਤੇ ਮਿੱਟੀ ਨੂੰ ਬਿਲਕੁਲ ਢੱਕ ਦਿੰਦੇ ਹਾਂਗੇ। ਉਹਦੇ ਜਿਹੜੀ ਆਪਾਂ ਉਹ ਕਣਕ ਹੈਗੀ, ਕਣਕ ਆਪਾਂ ਲੈਣੀ ਹੈਗੀ, ਪੁਰਾਣੀ ਕਣਕ ਲੈ ਲੈਣੀ ਹੈਗੀ, ਉਹਨੂੰ 15 ਘੰਟੇ ਭਿਉਂ ਕੇ ਰੱਖਣਾ ਕਣਕ ਨੂੰ, ਅਤੇ 15 ਘੰਟੇ ਉਹਨੂੰ ਬੰਨ੍ਹ ਕੇ ਰੱਖਣਾ ਗਰਮ ਕੱਪੜੇ ਦੇ ਵਿੱਚ। ਸਵੇਰ ਨੂੰ ਉਹ ਕਣਕ ਢੰਗੂਰ ਮਾਰ ਆਉਂਦੀ ਹੈ, ਬਾਅਦ ਦੇ ਵਿੱਚ ਉਹਨੂੰ ਆਪਾਂ ਬੀਜ ਦੇਣਾ ਗਾ, ਬੀਜ ਕੇ ਉਹਦੇ ਉੱਤੇ ਆਪਾਂ ਮਿੱਟੀ ਛਾਣ ਦੇਣੀ ਹੈਗੀ, ਅਤੇ ਥੋੜ੍ਹੇ ਕੁ ਤੋਂ ਬਸ 11-13 ਦਿਨਾਂ ਦੇ ਅੰਦਰ ਅੰਦਰ ਉਹ ਕਣਕ ਆਪਾਂ ਵੱਢ ਕੇ ਉਹ ਬੀਟ ਗ੍ਰਾਸ ਉਹ ਹੋ ਜਾਂਦੀ ਹੈ, ਤਿਆਰ ਹੋ ਜਾਂਦੀ ਹੈ, ਆਪਾਂ ਜੂਸ ਪਿਆ ਦਿੰਦੇ ਹਾਂ। ਹੁਣ ਤੱਕ ਕਿੰਨੇ ਕੁ ਲੋਕ ਇਹਦਾ ਲਾਭ ਲੈ ਚੁੱਕੇ? ਹੁਣ ਤੱਕ ਵੀਰੇ ਸਾਡੇ ਕੋਲ 1.5 ਮਹੀਨਾ ਹੋ ਗਿਆ ਸਟਾਰਟ ਕਰੇ ਨੂੰ, ਅਤੇ ਬਹੁਤ ਫਰਕ ਪੈ ਰਿਹਾ ਕੈਂਸਰ ਦੇ ਮਰੀਜ਼ਾਂ ਨੂੰ, ਬਹੁਤ ਫਰਕ ਪੈ ਰਿਹਾ। ਸ਼ੂਗਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਹੁੰਦਾ, ਸ਼ੂਗਰ ਵਾਲੇ ਮਰੀਜ਼ਾਂ ਨੂੰ ਬਹੁਤ ਫਰਕ ਪੈ ਰਿਹਾ, ਬਹੁਤ ਮਰੀਜ਼ ਠੀਕ ਹੋਣ ਲੱਗ ਗਏ। ਦੱਸ ਦਈਏ ਕਿ ਨੌਜਵਾਨ ਇਹ ਸੇਵਾ ਬਿਲਕੁਲ ਮੁਫਤ ਕਰ ਰਹੇ ਨੇ ਤੇ ਇਹਨਾਂ ਕੋਲ ਕਾਫੀ ਦੂਰ ਦੂਰ ਤੋਂ ਮਰੀਜ਼ ਪਹੁੰਚ ਰਹੇ ਨੇ। ਅੱਛਾ, ਕਾਦੇ ਮਰੀਜ਼ ਹੋ ਤੁਸੀਂ? ਕੈਂਸਰ ਦੇ ਮਰੀਜ਼ ਆ ਪੁੱਤ। ਅੱਛਾ, ਇੱਥੇ ਕੀ ਲੈਣ ਆਉਂਦੇ ਹੋ ਜੀ ਤੁਸੀਂ? ਇੱਥੇ ਅਸੀਂ ਜੂਸ ਪੀਣ ਆਉਂਦੇ ਆ, ਇਹਨਾਂ ਨੇ ਮੁੰਡਿਆਂ ਨੇ ਤਿਆਰ ਕੀਤਾ। ਅੱਛਾ, ਕਾਦਾ ਜੂਸ ਆ ਜੀ? ਇਹ ਕਣਕ ਦਾ ਪੁੱਤ। ਅੱਛਾ ਜੀ, ਕੀ ਫਾਇਦਾ ਕੀ ਇਹਦਾ ਜੀ? ਇਹਦਾ ਫਾਇਦਾ ਵੀ ਪਹਿਲਾ ਨੰਬਰ ਤੇ ਇਹਦਾ ਹੀ ਆ, ਕੈਂਸਰ ਦਾ ਹੀ ਆ। ਅੱਛਾ, ਦੂਜਾ ਨੰਬਰ ਜਿਹਦਾ ਰੀਵਲ ਚ ਨੁਕਸਾ ਉਹਦਾ, ਤੀਜਾ ਨੰਬਰ ਜਿਹਨੂੰ ਵੀ ਆਹ ਹੈਗਾ ਗਠਗਾ ਉਹਦੇ ਬਾਰੇ। ਤੇ ਕਿੰਨੇ ਟਾਈਮ ਤੋਂ ਆ ਰਹੇ ਹੋ? ਮੈਨੂੰ 1.5 ਮਹੀਨਾ ਹੋ ਗਿਆ ਪੁੱਤ ਆਉਂਦੀ ਨੂੰ, 14 ਤਰੀਕ ਦੀ ਲੱਗੀ ਵੀ ਆ 9ਵੇਂ ਮਹੀਨੇ ਦੀ। ਅੱਛਾ, ਹਾਂ। ਤੇ ਕੀ ਲੱਗ ਕੀ ਰਿਹਾ ਹੁਣ ਤੁਹਾਨੂੰ? ਲੱਗ ਮੈਨੂੰ ਪੂਰਾ ਹੀ ਫਰਕ ਆ ਇਹਦੇ ਨਾਲ, ਉਹ ਤੇ ਕੀਮੋ ਲੱਗੀ ਸੀ, ਮੇਰਾ ਸਾਹ ਚੜਦਾ ਸੀ, ਤੁਰਿਆ ਨਹੀਂ ਸੀ ਜਾਂਦਾ। ਠੀਕ ਹੈ ਜੀ। ਤੇ ਬੀਕਾਨੇਰੋਂ ਟੈਸਟ ਕਰਾਇਆ, ਉਹ ਆਦੇ ਭਾਈ ਆਪਰੇਸ਼ਨ ਹੋਊਗਾ ਤੇਰਾ, ਤੇ ਦੂਜਾ ਤੇਰੇ ਕੈਂਸਰ ਹੈ। ਫਿਰ ਮੇਰਾ 5 ਕਿਲੋ ਇੰਚ ਚੱਲਦੀ ਹੈ, ਮੇਰਾ ਮੁੰਡਾ ਫੌਜੀ ਹੈ। ਠੀਕ ਹੈ ਜੀ। ਤੇ ਉੱਥੋਂ ਜਾਣੀ ਉਹ ਕੀਮੋ ਲਾਉਣੀ ਸਟਾਰਟ ਕਰਤੀ, ਕੇਸ ਮੇਰੇ ਲੈ ਗਏ ਸੀਗੇ, ਤੇ ਸਾਹ ਚੜਦਾ ਤੁਰਿਆ ਨਹੀਂ ਸੀ ਜਾਂਦਾ, ਗੁਰੂ ਘਰੇ ਵੀ ਨਹੀਂ ਸੀ ਆਇਆ ਜਾਂਦਾ, ਮੈਂ ਮੋਟਰਸਾਈਕਲ 'ਤੇ ਆਉਂਦੀ 'ਚ, ਹੁਣ ਮੈਂ ਤੁਰ ਕੇ ਆਉਂਦੀ ਹਾਂ, ਤੁਰ ਕੇ ਸੈਰ ਕਰਕੇ ਜਾਂਦੀ ਹਾਂ, ਅਤੇ ਆਰਾਮ ਨਾਲ ਭੁੱਖ ਪੂਰੀ ਲੱਗਦੀ ਹੈ, ਇਹਦੇ ਨਾਲ ਖੋਹ ਪੈਂਦੀ ਹੈ, ਜਾਣ ਸਾਰ ਰੋਟੀ ਖਾਂਦੀ ਹੋਰ ਕਿਵੇਂ ਲੱਗਦਾ ਸਿਹਤ 'ਤੇ ਸੁਧਾਰ? ਸਿਹਤ 'ਤੇ ਮੈਨੂੰ ਵੀ ਪੂਰਾ ਹੀ ਫਰਕ ਆ, ਜਾਣੀ ਦੀ ਗੰਢ ਮੇਰੀ ਬਿਲਕੁਲ ਘੱਟ ਰਹੀ ਹੈ, ਘੱਟ ਗਈ ਜਮਾਂ, ਗੰਢ ਮਾੜੀ ਜਿਹੀ ਰਹਿ ਗਈ। ਉਹ ਹੁਣ ਰਿਪੋਰਟਾਂ 'ਚ ਦੱਸਣਗੀਆਂ ਵੀ ਕੀ ਦੱਸਦੇ ਆ, ਕੀ ਕਰਦੇ ਆ, ਹੁਣ ਮੈਨੂੰ ਫਰਕ ਜਾਣੀ ਪੂਰਾ ਹੀ ਆ ਇਹਦੇ ਬਾਰੇ। ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਭਾਜੀ ਤੁਸੀਂ ਉੱਧਰ ਨਾ ਡਾਕਟਰਾਂ ਬੰਨੀ, ਤੁਸੀਂ ਇੱਧਰ ਧਿਆਨ ਦਿਓ, ਭਰੋਸਾ ਕਰੋ ਵੀ ਆ ਕਣਕ ਦੇ ਬੰਨੀ ਧਿਆਨ ਕਰੋ, ਕਣਕ ਦਾ ਜੂਸ ਪੀਓ, ਮੈਂ ਇਹੀ ਭਰੋਸਾ ਕਹਿੰਦੀ ਹਾਂ ਦੂਜਾ। ਅਤੇ ਇਹਨਾਂ ਨੇ ਧੰਨਵਾਦ ਇਹਨਾਂ ਦੇ ਜਿਨ੍ਹਾਂ ਨੇ ਮੇਰੇ ਬਾਰੇ ਇੰਨਾ ਸੋਚਿਆ, ਜੇ ਮੈਨੂੰ ਇਹ ਬਿਮਾਰੀ ਲੱਗੀ ਤਾਂ ਖਬਰਾਂ ਕਿੰਨੇ ਕੁ ਦੁਨੀਆਂ ਨੇ ਧਰਨਾ। ਪੈਸੇ ਲੈਂਦੇ ਉੱਥੋਂ ਮੁੰਡੇ? ਨਾ ਕੁਛ ਨਹੀਂ ਲੈਂਦੇ,
ਫਰੀ ਕਰਦੇ ਆ, ਸਾਰਾ ਕੁਝ ਫਰੀ ਮਿਹਨਤ ਕਰਦੇ ਆ। ਜੇ ਕੋਈ ਲਾਮੋ ਆਉਂਦੇ ਆ, ਜ਼ਿਆਦਾ ਮਰੀਜ਼ ਆ, ਉਹਨੂੰ ਕਹਿੰਦੇ ਆ ਵੀ ਅਸੀਂ ਕਣਕ ਇੱਥੋਂ ਲੈ ਜਾਓ ਭਾਈ, ਤੁਹਾਨੂੰ ਬੱਠਲ ਵੀ ਦਿੰਦੇ ਆ ਉਹਨਾਂ ਨੂੰ ਹਰੀ ਕਰਕੇ ਤਿਆਰ ਕਰਕੇ, ਵੀ ਅਸੀਂ ਮਿੱਟੀ ਇੱਥੋਂ ਲੈ ਕੇ ਨਹਿਰ ਦੀ ਮਿੱਟੀ ਆ ਲੈ ਕੇ ਆਉਣੀ ਆ, ਮਿਹਨਤ ਕਰਕੇ ਉਹ ਛਾਨਣੀ ਆ ਵੀ ਜਿੱਥੇ ਯੂਰੀਆ ਪਿਆ ਵਾ ਨਾ ਹੋਵੇ। 8 ਘੰਟੇ ਕਣਕ ਇਹਨਾਂ ਨੇ ਭਿਉਣੀ ਆ, ਭਿਉ ਕੇ ਫਿਰ 24 ਘੰਟੇ ਇਹਨਾਂ ਨੇ ਨੱਪਣੀ ਆ, ਨੱਪ ਕੇ ਉਹ ਢੰਗੂਰ ਮਾਰਿਆ ਆਉਂਦੀ ਆ, ਫਿਰ ਉਹ ਨਾਲ ਦੀ ਨਾਲ ਨੱਤ ਦੀ ਨੱਤ ਬੀਜਦੇ ਆ, ਮਿਹਨਤ ਕਰਦੇ ਆ ਮੁੰਡੇ। ਪਹਿਲਾਂ ਤਾਂ 2 ਮੁੰਡੇ ਸੀ, ਫਿਰ ਨਾਲ ਹੋਰ ਰਲ ਗਏ, ਹੁਣ ਆਹ ਕਲੱਬ ਆ ਸਾਰੇ ਦੇਖ ਲਓ ਤੁਸੀਂ, ਸਾਰੇ ਸੇਵਾ ਫਰੀ ਕਰਦੇ ਆ, ਕੋਈ ਇਹਨਾਂ ਦਾ ਪੈਸਾ ਨਹੀਂ, ਫਰੀ ਇਲਾਜ ਕਰ ਸਾਰਾ ਦਿੰਦੇ ਆ, ਜੂਸ ਆਪ ਹੱਥੀਂ ਕੁੱਟ ਕੁੱਟ ਕੇ ਉਹ ਤੁਸੀਂ ਦੇਖ ਰਹੇ ਆ ਕੁੰਡੇ, ਅਤੇ ਕੱਢ ਕੱਢ ਕੇ ਕੁੱਟ ਕੁੱਟ ਕੇ ਸਾਰਿਆਂ ਨੂੰ ਦਿੰਦੇ ਆ, ਬਹੁਤ ਦੂਰੋਂ ਦੂਰੋਂ ਆਉਂਦੇ ਆ। ਨੌਜਵਾਨਾਂ ਵੱਲੋਂ ਚੁੱਕੇ ਗਏ ਇਸ ਕਦਮ ਦੀ ਪੂਰੀ ਦੁਨੀਆ ਵਿੱਚ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਨੌਜਵਾਨਾਂ ਦਾ ਇਹ ਉਪਰਾਲਾ ਕਾਫੀ ਫਾਇਦੇਮੰਦ ਸਾਬਿਤ ਹੋ ਰਿਹਾ ਹੈ, ਜਿਸ ਦੀ ਵਰਤੋਂ ਕਰਨ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਦਿਨ ਪ੍ਰਤੀ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਅੱਜ ਤੱਕ ਅਨੇਕਾਂ ਲੋਕਾਂ ਦੇ ਉਜੜੇ ਘਰਾਂ ਨੂੰ ਵਸਾਉਣ ਵਾਲੇ ਸਵਾਮੀ ਪੀ ਕੇ ਆਚਾਰਿਆ MA ਨੂਰੀ ਹਜ਼ੂਰੀ ਸਿਪਲੀ ਕਾਲੇ ਇਲਮ ਦੇ ਮਾਹਿਰ, ਮੇਰੇ ਤਜ਼ਰਬੇ ਤੇ ਇਲਮਾਂ ਦੀਆਂ ਸ਼ਕਤੀਆਂ ਦੇ ਕਰਿਸ਼ਮੇ ਨਾਲ ਤੁਸੀਂ ਹਰ ਮੁਸ਼ਕਿਲ ਸਮੱਸਿਆਵਾਂ ਦਾ ਸਮਾਧਾਨ ਕਰਵਾ ਸਕਦੇ ਹੋ। ਪਰੇਸ਼ਾਨੀ ਜਿਵੇਂ ਪਤੀ ਪਤਨੀ 'ਚ ਅਣਬਣ, ਪਿਆਰ 'ਚ ਧੋਖਾ, ਮਨਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ, ਕਾਰੋਬਾਰ 'ਚ ਘਾਟਾ, ਔਲਾਦ ਦਾ ਸੁੱਖ, ਬੁਰੀ ਸੰਗਤ, ਨਸ਼ਾ ਛੁਡਾਉਣਾ, ਤਲਾਕ ਕੇਸ, ਕੋਰਟ ਕੇਸ, ਜ਼ਮੀਨੀ ਝਗੜਾ, ਕੀਤਾ ਕਰਾਇਆ, ਕਾਲੇ ਜਾਦੂ ਦਾ ਖਾਤਮਾ ਆਦਿ। ਲਾਟਰੀ ਦੇ ਇਨਾਮੀ ਮੌਕੇ ਇਨਸਾਨ ਨੂੰ ਮਿਲਦੇ ਨੇ, ਲਾਟਰੀ ਭਾਵੇਂ 649 ਹੋਵੇ ਜਾਂ ਲੋਟੋ ਮਾਰਕ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਜਾਂ ਸੌਤਨ ਦੁਸ਼ਮਣ ਨੂੰ ਸਬਕ ਸਿਖਾਓ। ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰਨ। ਪੱਕਾ ਪਤਾ, ਫਗਵਾੜਾ, ਪੰਜਾਬ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 82 830 70 106।